ਸਰ ਬਹੁਤ ਅੱਛੀ ਜਗ੍ਹਾ ਲੱਗੀ ਹੈ ਔਰ ਜ਼ਿੰਦਗੀ ਵਿੱਚ ਪਹਿਲੀ ਦਫ਼ਾ ਐਸੀ ਸਹੂਲਤ ਗਰੀਬ ਵਾਸਤੇ ਵੇਖੀ ਗਈ ਹੈ ਤਾਂ ਕਿ ਪਹਿਲੇ ਅਸੀਂ ਕੰਮ ਵਾਸਤੇ ਮਜ਼ਦੂਰੀ ਵਾਸਤੇ ਲਾਹੌਰ ਆਉਂਦਿਆਂ ਸੀ ਚਨੇਲ ਤੋਂ ਲੇਕਿਨ ਕਦੀ ਪਲਾਟਾਂ ਵਿੱਚ ਆਉਂਦਿਆਂ ਸੀ ਕਦੀ ਕਿਸੇ ਜਗ੍ਹਾ 'ਤੇ ਕਦੀ ਕਿਸੇ ਜਗ੍ਹਾ ਕਿਸੇ ਹੋਟਲ ਵਿੱਚ ਜਗ੍ਹਾ ਮਿਲਣੀ ਕਦੀ ਚਾਰ ਪਾਈ ਨਾਲ ਮਿਲਣੀ ਬੜੇ ਤੰਗ ਹੁੰਦੇ ਸੀ ਬਹਰਹਾਲ ਇਹ ਕਦਮ ਵੇਖ ਕੇ ਨਾ ਇਮਰਾਨ ਖਾਨ ਦਾ ਬਹੁਤ ਖੁਸ਼ੀ ਹੋ ਰਹੀ ਕਿ ਮਾਸ਼ਾਅੱਲਾ ਉਹਨਾਂ ਨੇ ਇਤਨਾ ਬੜਾ ਨਿਜ਼ਾਮ ਕੀਤਾ ਹੈ ਔਰ ਇਸੀ ਤਰ੍ਹਾਂ ਕਰਤੇ ਰਹੇ ਔਰ ਹਮੇ ਪਤਾ ਵੀ ਚੱਲ ਰਿਹਾ ਕਿ ਅਬ ਗਰੀਬ ਕੀ ਕੁਛ ਨਾ ਕੁਛ ਮਦਦ ਹੋਈ ਹੈ ਇਸ ਤੋਂ ਪਹਿਲੇ ਕੋਈ ਹਮੇ ਨਹੀਂ ਪਤਾ ਚੱਲਾ ਕਿ ਗਰੀਬ ਕੇ ਲੀਏ ਵੀ ਕੋਈ ਬਾਦਸ਼ਾਹ ਆ ਕਰਕੇ ਕੰਮ ਕਰਤਾ ਹੈ ਇਹ ਇਮਰਾਨ ਖਾਨ ਸਾਹਿਬ ਨੇ ਬੜਾ ਅੱਛਾ ਇੱਥੇ ਦਾ ਇੰਤਜ਼ਾਮ ਕੀਤਾ ਹੈ ਸਾਰਾ ਅਮਲਾ ਬੜਾ ਅੱਛਾ ਹੈ ਖਾਣ ਪੀਣ ਵਾਸਤੇ ਬਹੁਤ ਕੁਛ ਹੈ ਅਤੇ ਇਮਰਾਨ ਖਾਨ ਸਾਹਿਬ ਔਰ ਮੇਰਾ ਪੈਗਾਮ ਹੈ ਕਿ ਅੱਲਾਹ ਤਾਲਾ ਉਹਨੂੰ ਖੁਸ਼ ਰੱਖੇ ਕਰੇ ਅੱਲਾਹ ਪਾਕ ਵਜ਼ੀਰ ਆਜ਼ਮ ਸਾਹਿਬ ਕੋ ਔਰ ਵਜ਼ੀਰ ਆਲਾ ਸਾਹਿਬ ਕੋ ਤਰੱਕੀ ਇਸਤਕਾਮਤ ਆ ਫਰਮਾਏ ਕਿ ਤਮਾਮ ਖੁਸ਼ ਆਸਾਨ ਕਰੇ ਇਹ ਮੁਸਾਫਰ ਖਾਨੂ ਕਾ ਜਿਹੜਾ ਕੰਮ ਹੈ ਬਹੁਤ ਅੱਛਾ ਹੈ ਇਮਰਾਨ ਖਾਨ ਸਾਹਿਬ ਬਹੁਤ ਮੁਹੱਬਤ ਕੀਆ ਹੈ ਗਰੀਬੋਂ ਕੇ ਸਾਥ ਇਹ ਇਮਰਾਨ ਖਾਨ ਨੇ ਇਹ ਬਹੁਤ ਅੱਛਾ ਨਿਜ਼ਾਮ ਬਣਾਇਆ ਹੈ ਹਮ ਮੁਸਾਫਰ ਹੈ ਡਿਸਟ੍ਰਿਕਟ ਬਾਬਲ ਨਗਰ ਸੇ ਆਏ ਹੈਂ ਯਹਾਂ ਰਹਿਸ਼ ਵੀ ਅੱਛੀ ਮਿਲਤੀ ਔਰ ਖਾਣਾ ਵੀ ਅੱਛਾ ਮਿਲਤਾ ਹੈ ਇਹ ਅੱਲਾ ਸੀ ਕਰੇ ਸੋ ਇਹਨੇ ਅੱਲਾ ਸੀ ਜ਼ਿੰਦਗੀ ਦਰਾਜ਼ ਰੱਖੇ ਅੱਗੇ ਤੇ ਵੀ ਚੱਲਣ ਇਹ ਵੀ 5 ਸਾਲ ਚੱਲਣ ਅੱਗੇ ਤੇ ਵੀ ਚੱਲਣ ਹੁਣ ਆਏ ਕੋਨੋ ਸਾਰੀ ਅੱਲਾ ਸੀ ਜਾਨ ਛੁੜਵਾਈ ਹੈ ਉਹ ਤਾਂ ਸਾਰੇ ਮੁਲਕ ਲੁੱਟ ਤੇ ਖਾ ਗਏ ਜ਼ਰਦਾਰੀ ਲੁੱਟ ਤੇ ਕਰਾਚੀ ਵੰਜ ਬੈਠੇ ਉਹ ਬਾ ਲੁੱਟ ਤੇ ਖੈਰ ਉਹਦੇ ਵੰਜ ਗਏ ਉਹ ਤਾਂ ਖੈਰ ਸਜ਼ਾ ਮਿਲੀ ਹੈ ਅਤੇ ਮਿਲਦੀ ਵੀ ਪਈ ਹੈ ਇਨਸ਼ਾ ਅੱਲਾ ਇਮਰਾਨ ਖਾਨ ਸਾਹਿਬ ਅੱਛਾ ਬੰਦਾ ਹੈ ਨੇਕ ਨੀਅਤ ਬੰਦਾ ਹੈ ਕੰਮ ਅੱਛੇ ਕਰਨਾ ਪਏ ਗਰੀਬ ਆਵਾਮ ਦਾ ਅੱਛਾ ਕਰਨਾ ਬੇਰਾ ਸਾਰੇ ਮੁਲਕ ਦਾ ਵੀ ਖੈਰ ਖਾਇਆ ਗਰੀਬ ਆਵਾਮ ਦਾ ਵੀ ਅੱਛੇ ਕੰਮ ਕਰਨਾ ਪਏ ਇਨਸ਼ਾ ਅੱਲਾ ਅੱਗੇ ਤੇ ਵੀ ਅੱਛੇ ਕਰੇ ਸੇ ਹੀ ਤੋਂ ਵੀ ਅੱਛੇ ਕਰੇ ਸੇ ਇਨਸ਼ਾ ਅੱਲਾ